ਹੁਣ ਮਾਫੀ ਤਾਂ ਭਾਵੇਂ ਮੰਗ ਲਈ ਹੈ, ਪਰ ਕੱਲੀ ਮਾਫੀ ਨਾਲ ਤਾਂ ਕੰਮ ਨਹੀਂ ਸਰਨਾ। ਬੇਲੀਓ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਦੀ ਪਤੰਜਲੀ ਦਾ ਚੰਗਾ ਯੋਗਾ ਕਰਾ ਛੱਡਿਆ, ਅਤੇ ਅੱਜ ਰਾਮਦੇਵ ਦੀ ਪਤੰਜਲੀ ਨੇ ਸੁਪਰੀਮ ਕੋਰਟ ਦੇ ਵਿੱਚ ਬਿਨਾਂ ਸ਼ਰਤ ਮਾਫੀ ਮੰਗੀ ਹੈ। ਅਤੇ ਮਾਫੀ ਕਾਹਦੀ ਮੰਗੀ ਹੈ? ਝੂਠੇ ਅਤੇ ਗੁੰਮਰਾਹਕੁੰਨ ਵਿਗਿਆਪਨ ਦੇਣ ਦੀ, ਝੂਠੀਆਂ ਅਤੇ ਗੁੰਮਰਾਹ ਕਰਨ ਵਾਲੀਆਂ ਮਸ਼ਹੂਰੀਆਂ ਦੇਣ ਦੀ। ਪਰ ਹੁਣ ਤੁਸੀਂ ਦੱਸੋ ਵੀ ਇਕੱਲੀ ਮਾਫੀ ਨਾਲ ਕੰਮ ਸਰਜੂ? ਉਹਦਾ ਹਰਜ਼ਾਨਾ ਕੌਣ ਭਰੂਗਾ ਜਿਹੜੇ ਝੂਠੇ ਮਸ਼ਹੂਰੀਆਂ ਦੇਣ ਕਰਕੇ ਲੱਖਾਂ ਕਰੋੜਾਂ ਲੋਕਾਂ ਨੇ ਇਹਨਾਂ ਦਾ ਪ੍ਰੋਡਕਟ ਖਰੀਦਣ 'ਤੇ ਪੈਸਾ ਫੂਕਿਆ? ਉਹਦਾ ਦੇਣਾ ਕੌਣ ਦਊਗਾ? ਉਹਦਾ ਹਰਜ਼ਾਨਾ ਕੌਣ ਭਰੂਗਾ? ਤੁਹਾਨੂੰ ਪੂਰੀ ਗੱਲ ਦੱਸਦੇ ਹਾਂ। ਇਹ ਉਹੀ ਬਾਬਾ ਰਾਮਦੇਵ ਸਾਹਿਬ ਆ ਨਾ ਜਿਹੜਾ ਕਹਿੰਦਾ ਹੁੰਦਾ ਸੀ ਵੀ ਇੱਦਾਂ ਇੱਦਾਂ ਨੌਵਾਂ ਨੂੰ ਕਰੋ ਅਤੇ ਚਿੱਟੇ ਵਾਲ ਕਾਲੇ ਹੋ ਜਾਂਦੇ ਨੇ। ਇਹ ਉਹੀ ਬਾਬਾ ਰਾਮਦੇਵ ਸਾਹਿਬ ਆ ਨਾ ਜਿਹੜਾ ਕਹਿੰਦੇ ਹੁੰਦੇ ਸੀ ਵੀ ਆਹ ਜਿੰਨੇ ਵੀ ਸਾਬਣ ਨੇ, ਕਰੀਮਾਂ ਨੇ, ਪਾਊਡਰ ਨੇ, ਪੇਸਟਾਂ ਨੇ, ਇਹਨਾਂ ਦਾ ਕੋਈ ਮਤਲਬ ਹੀ ਨਹੀਂ ਜ਼ਿੰਦਗੀ 'ਚ, ਅਤੇ ਬਾਅਦ 'ਚ ਸਾਰਾ ਕੁਛ ਹੀ ਆਪ ਬਣਾ ਕੇ ਵੇਚਣ ਲੱਗ ਪਏ। ਅਸਲ 'ਚ ਬਾਬੇ ਰਾਮਦੇਵ ਹੋਰੀ ਅਤੇ ਆਚਾਰੀਆ ਬਾਲਕ੍ਰਿਸ਼ਨ ਹੋਰੀ ਤੇਜ਼ ਤਰਾਰ ਅਤੇ ਸਿਆਣੇ ਬਹੁਤ ਨੇ। ਪਹਿਲਾਂ ਤਾਂ ਉਹਨਾਂ ਨੇ ਸਾਰਾ ਸਮਾਨ ਵੇਚ ਲਿਆ, ਹਜ਼ਾਰਾਂ ਕਰੋੜ ਰੁਪਈਆ ਕਮਾ ਲਿਆ, ਅਤੇ ਹੁਣ ਜੇ ਸੁਪਰੀਮ ਕੋਰਟ 'ਚ ਮਾਫੀ ਮੰਗਣੀ ਪੈ ਗਈ ਹੈ ਅਤੇ ਉਹ ਸੋਚਦੇ ਹੋਣਗੇ ਇੱਡੀ ਦੀ ਕਿਹੜੀ ਗੱਲ ਹੈ। ਤੁਹਾਨੂੰ ਪੂਰੀ ਜਾਣਕਾਰੀ ਦਈਏ, ਗੱਲ ਇਸ ਤਰ੍ਹਾਂ ਸੀ 2022 ਸਾਲ ਦੇ ਵਿੱਚ ਜਦੋਂ ਉਦੋਂ ਆ ਕਰੋਨਾ ਵਾਇਰਸ ਦਾ ਕੋਵਿਡ ਦਾ ਚੱਕਰ ਚੱਲ ਰਿਹਾ ਸੀ ਤਾਂ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਸੀ ਵੀ ਜਿਹੜੀਆਂ ਦਵਾਈਆਂ ਵਿਗਿਆਨੀ ਬਣਾ ਰਹੇ ਨੇ, ਟੀਕੇ ਬਣਾ ਰਹੇ ਨੇ, ਵੀ ਇਹ ਫਜ਼ੂਲ ਨੇ ਅਤੇ ਸਾਡੀ ਪਤੰਜਲੀ ਦੇ ਕੋਲ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਰੋਨਾ ਨੂੰ ਬਿਲਕੁਲ ਠੀਕ ਕਰ ਸਕਦੀਆਂ ਨੇ। ਉਸ ਤੋਂ ਬਾਅਦ ਫਿਰ IMA ਯਾਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਾਬੇ ਰਾਮਦੇਵ ਅਤੇ ਪਤੰਜਲੀ ਦੇ ਉੱਪਰ ਕਰਤਾ ਸੀ ਕੇਸ। ਉਸ ਤੋਂ ਬਾਅਦ ਕੇਸ ਚੱਲਿਆ, ਅਦਾਲਤ ਨੂੰ ਇੰਝ ਲੱਗਿਆ ਵੀ ਵਾਕਿਆ ਹੀ ਇਹ ਤਾਂ ਝੂਠੀਆਂ ਮਸ਼ਹੂਰੀਆਂ ਪੇਸ਼ ਕਰਦੇ ਨੇ। ਤਾਂ ਫਿਰ ਭਾਈ ਅਦਾਲਤ ਨੇ ਕੀ ਕੀਤਾ, ਖਿੱਚ ਲਿਆ ਪਤੰਜਲੀ ਨੂੰ ਵੀ, ਬਾਬੇ ਰਾਮਦੇਵ ਨੂੰ ਵੀ, ਅਤੇ ਆਪਣਾ ਜਿਹੜਾ ਆਚਾਰੀਆ ਬਾਲਕ੍ਰਿਸ਼ਨ ਹੈ ਇਹਨੂੰ ਵੀ। ਅਤੇ ਫਿਰ ਅਦਾਲਤ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਸੀਂ ਕੋਈ ਵੀ ਇਹੋ ਜਿਹਾ ਝੂਠਾ ਮਸ਼ਹੂਰੀ ਵਿਗਿਆਪਨ ਨਹੀਂ ਦੇਣਾ। ਅਤੇ ਉਸ ਤੋਂ ਬਾਅਦ ਹਟੇ ਫਿਰ ਨਹੀਂ ਗਏ। ਅਤੇ ਫਿਰ ਆ ਪਿਛਲੇ ਮਹੀਨੇ ਸੁਣਵਾਈ ਹੋਈ ਸੀ ਅਤੇ ਉਹਦੇ ਵਿੱਚ ਫਿਰ ਅਦਾਲਤ ਨੇ ਇਹਨਾਂ ਨੂੰ ਖਿੱਚਿਆ। ਅਤੇ ਫਿਰ ਜਦੋਂ ਹੁਣ ਆ 2-3 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਵੀ ਹੁਣ ਤੁਸੀਂ ਹਟਦੇ ਨਹੀਂ, ਤੁਹਾਡੇ 'ਤੇ ਕਾਰਵਾਈ ਹੋਊਗੀ, ਤਾਂ ਫਿਰ ਜਾ ਕੇ ਅਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਪਤੰਜਲੀ ਦੇ ਜਿਹੜੇ MD ਨੇ ਆਚਾਰੀਆ ਬਾਲਕ੍ਰਿਸ਼ਨ ਸਾਹਿਬ ਅਤੇ ਬਾਬਾ ਰਾਮਦੇਵ ਵੀ ਵੈਸੇ ਹੈਗੇ ਨੇ, ਪਰ ਬਾਲਕ੍ਰਿਸ਼ਨ ਨੇ ਬਿਨਾਂ ਸ਼ਰਤ ਮਾਫੀ ਮੰਗੀ ਆ ਸੁਪਰੀਮ ਕੋਰਟ ਦੇ ਵਿੱਚ ਵੀ ਹਾਂ ਭਾਈ ਅਸੀਂ ਜੋ ਉਲੰਘਣਾ ਕੀਤੀ ਹੈ, ਗਲਤੀ ਕੀਤੀ ਹੈ, ਅਸੀਂ ਉਹਦੀ ਮਾਫੀ ਮੰਗਦੇ ਹਾਂ। ਅਤੇ ਨਾਲ ਹੀ ਮਿੱਠਾ ਪੋਚਾ ਜਿਹਾ ਵੀ ਮਾਰਿਆ ਵੀ ਪਰ ਅਸੀਂ ਤਾਂ ਲੋਕਾਂ ਦਾ ਭਲਾ ਕਰਨ ਕਰਕੇ ਐਂ ਕਰਦੇ ਸੀ, ਅਸੀਂ ਤਾਂ ਆਯੁਰਵੇਦ ਨੂੰ ਲੋਕਾਂ 'ਚ ਲੈ ਕੇ ਜਾਣਾ ਚਾਹੁੰਦੇ ਸੀ। ਅਤੇ ਹੁਣ ਸੁਪਰੀਮ ਕੋਰਟ ਨੇ 2 April ਨੂੰ ਫਿਰ ਇਹਨਾਂ ਨੂੰ ਸੱਦ ਲਿਆ, ਅੱਜ ਹੋ ਗਈ ਆ 21। ਸੁਪਰੀਮ ਕੋਰਟ ਨੇ ਕਿਹਾ ਵੀ 2 April ਨੂੰ ਇਹ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਇਹ ਦੋਨੋਂ ਸੁਪਰੀਮ ਕੋਰਟ 'ਚ ਆਪ ਪੇਸ਼ ਹੋਣ, ਆ ਕੇ ਇੱਥੇ ਦੱਸਣ ਵੀ ਹੁਣ ਤੁਹਾਡੇ 'ਤੇ ਕੀ ਕਾਰਵਾਈ ਕੀਤੀ ਜਾਏ। ਹੁਣ 2 April ਨੂੰ ਅਸਲੀ ਤਾਂ ਪਤਾ ਲੱਗੇਗਾ, ਪਰ ਮੈਨੂੰ ਲੱਗਦਾ ਕਿ ਜਨਤਾ ਦਾ ਵੱਡਾ ਸਵਾਲ ਇਹ ਆ
ਵੀ ਚੱਲ ਸੁਪਰੀਮ ਕੋਰਟ ਤੋਂ ਤਾਂ ਇਹਨਾਂ ਨੇ ਮਾਫ਼ੀ ਲਈ ਮੰਗ, ਪਰ ਕੀ ਮਾਫ਼ੀ ਮੰਗਣ ਦੇ ਨਾਲ ਉਹ ਸਾਰਾ ਕੁਝ ਠੀਕ ਹੋ ਗਿਆ? ਜੋ ਝੂਠੀਆਂ ਮਸ਼ਹੂਰੀਆਂ, ਜੋ ਝੂਠੇ ਵਿਗਿਆਪਨ ਇਹਨਾਂ ਨੇ ਪਹਿਲਾਂ ਪੇਸ਼ ਕੀਤੇ ਨੇ, ਝੂਠੀਆਂ ਐਡਾਂ ਦਿੱਤੀਆਂ ਨੇ, ਲੱਖਾਂ ਕਰੋੜਾਂ ਪ੍ਰੋਡਕਟ ਆਪਦੇ ਵੇਚ ਲਏ ਨੇ, ਤਾਂ ਹੁਣ ਉਹ ਵਾਪਸ ਮੋੜਨਗੇ ਪੈਸੇ ਲੋਕਾਂ ਨੂੰ? ਇਹ ਤੁਸੀਂ ਦੇਖੋ, ਇਕੱਲੇ ਇਹੀ ਨਹੀਂ, ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਦਾਅਵੇ ਕਰਦੇ ਨੇ, ਦਾਅਵੇ ਉਹਨਾਂ ਦੇ ਅਸਲ 'ਚ ਸੱਚ ਨਹੀਂ ਹੁੰਦੇ। ਜਦੋਂ ਕੋਈ ਸਾਡੇ ਕੋਲ ਦਾਅਵਾ ਕਰਦਾ, ਅਸੀਂ ਤਾਂ ਤਿੱਖੇ ਸਵਾਲ ਕਰਦੇ ਹਾਂ ਅੱਗੋਂ, ਪਰ ਇਹ ਜਿਹੜੇ ਇਸ ਤਰ੍ਹਾਂ ਦੇ ਦਾਅਵਿਆਂ ਵਾਲੇ ਨੇ, ਲਾਜ਼ਮੀ ਤੌਰ 'ਤੇ ਉਹਨਾਂ 'ਚੋਂ ਬਹੁਤੇ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ। ਅਤੇ ਰਾਮਦੇਵ ਹੋਰਾਂ ਨੇ ਸਭ ਕੁਛ ਵੇਚਿਆ। ਮੈਨੂੰ ਯਾਦ ਹੈ ਬਾਬਾ ਰਾਮਦੇਵ ਇੱਕ ਤਾਂ ਇਹ ਦਾਅਵਾ ਕਰਦੇ ਵੀ ਯੋਗਾ ਕਰਨ ਦੇ ਨਾਲ ਤਾਂ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਇੱਥੋਂ ਤੱਕ ਵੀ ਵੱਡੀਆਂ ਵੱਡੀਆਂ ਜਿਹੜੀਆਂ ਲਾਇਲਾਜ ਗੱਲਾਂ ਨੇ ਉਹ ਵੀ ਠੀਕ ਹੋ ਜਾਂਦੀਆਂ। ਅਤੇ ਆਪਦੇ ਕਹਿੰਦੇ ਜੀ ਉਹਨਾਂ ਨੇ ਕੁਝ ਇਲਾਜ ਜਿਹੜੇ ਨੇ ਉਹ ਕਿਰਾਏ ਨੇ ਹਸਪਤਾਲਾਂ ਤੋਂ, ਉਦੋਂ ਵੀ ਸਵਾਲ ਉੱਠੇ। ਫਿਰ ਬਾਬਾ ਰਾਮਦੇਵ ਇਹ ਕਿਹਾ ਕਰਦੇ ਸੀ ਵੀ ਨੌਵਾਂ ਨੂੰ ਇੱਦਾਂ ਘਸਾਉਣ ਦੇ ਨਾਲ ਵਾਲ ਚਿੱਟੇ ਤੋਂ ਕਾਲੇ ਹੋ ਜਾਂਦੇ ਨੇ, ਔਰ ਸਾਡੀ ਅੱਧੀ ਜਨਤਾ ਕਮਲੀ ਹੋ ਕੇ ਅਤੇ ਨੌਵਾਂ ਨਾਲ ਨੌਂ ਘਸਾਉਂਦੀ ਰਹੀ ਆ। ਮੈਂ ਵੇਖਿਆ ਧਾਰਮਿਕ ਸਥਾਨਾਂ 'ਤੇ ਬੈਠੇ ਲੋਕ ਇੱਦਾਂ 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 ਨੌਵਾਂ ਨੂੰ ਕਰੀ ਜਾਂਦੇ ਹੁੰਦੇ ਸੀ ਵੀ ਇੱਦਾਂ ਸ਼ਾਇਦ ਸੱਚੀ ਉਹ ਵਾਲ ਚਿੱਟੇ ਤੋਂ ਕਾਲੇ ਹੋ ਜਾਣਗੇ। ਅਸਲ 'ਚ ਅਸੀਂ ਵੀ ਲਾਈ ਲੱਗ ਬਹੁਤ ਹਾਂ, ਸਾਡੇ ਦਿਮਾਗਾਂ 'ਚ ਵੀ ਭੇਡ ਪੁਣਾ ਬਹੁਤ ਆ, ਬੜੀ ਛੇਤੀ ਅਸੀਂ ਕਿਸੇ ਨਾ ਕਿਸੇ ਦੇ ਮਗਰ ਲੱਗ ਜਾਂਦੇ ਹਾਂ, ਖਾਸ ਕਰ ਉਹ ਬੰਦੇ ਜਿਹੜੇ ਵੱਖ ਵੱਖ ਧਾਰਮਿਕ ਪਹਿਰਾਵਿਆਂ 'ਚ ਸਾਡੇ ਕੋਲ ਆਉਂਦੇ ਨੇ, ਉਹਨਾਂ ਦੇ ਮਗਰ ਤਾਂ ਅਸੀਂ ਬਹੁਤ ਛੇਤੀ ਲੱਗਦੇ ਹਾਂ, ਅੰਨੇ ਹੋ ਕੇ ਲੱਗਦੇ ਹਾਂ। ਅਤੇ ਬੜਾ ਅੱਜ ਤੱਕ ਇਹਨਾਂ ਲੋਕਾਂ ਨੇ ਸਮਾਜ ਨੂੰ ਲੁੱਟਿਆ, ਅੱਜ ਵੀ ਇਹ ਕੰਮ ਚੱਲ ਰਿਹਾ। ਇਹ ਬਾਬਾ ਰਾਮਦੇਵ ਸਾਹਿਬ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਇਹਨਾਂ ਦੀਆਂ 15 ਕੁ ਸਾਲ ਪਹਿਲਾਂ ਦੀਆਂ ਤੁਸੀਂ ਵੀਡੀਓ ਕੱਢੋ, ਇਹ ਕਹਿੰਦੇ ਹੁੰਦੇ ਸੀ ਵੀ ਕੁਦਰਤ ਨੇ ਜਿਹੜਾ ਰੰਗ ਰੂਪ ਮਨੁੱਖ ਨੂੰ ਦੇ ਦਿੱਤਾ ਨਾ ਉਹੀ ਰਹਿਣਾ, ਅਤੇ ਇਹ ਜਿਹੜਾ ਤੁਹਾਨੂੰ ਇਹ ਪਾਊਡਰ, ਇਹ ਕਰੀਮਾਂ, ਇਹ ਜਿਹੜੇ ਸਾਬਣ, ਇਹ ਜਿਹੜੇ ਤੇਲ ਦਿੰਦੇ ਨੇ, ਇਹਨਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ, ਇਹ ਸਭ ਲੁੱਟਣ ਵਾਲੀਆਂ ਚੀਜ਼ਾਂ ਨੇ। ਅਤੇ ਬਾਅਦ 'ਚ ਤੁਸੀਂ ਵੇਖ ਲਓ ਹਰ ਤਰ੍ਹਾਂ ਦਾ ਸਾਬਣ ਪਤੰਜਲੀ ਨੇ ਬਣਾਇਆ, ਹਰ ਤਰ੍ਹਾਂ ਦੀ ਕਰੀਮ, ਹਰ ਤਰ੍ਹਾਂ ਦਾ ਤੇਲ, ਹਰ ਤਰ੍ਹਾਂ ਦੀ ਟੁੱਥਪੇਸਟ। ਪਹਿਲਾਂ ਰਾਮਦੇਵ ਕਹਿੰਦੇ ਹੁੰਦੇ ਸੀ ਦਾਤਣ ਕਰਨ ਨਾਲ ਵਧੀਆ ਚੀਜ਼ ਕੋਈ ਹੈ ਹੀ ਨਹੀਂ, ਉਸ ਤੋਂ ਬਾਅਦ ਮਤਲਬ ਬੁਰਸ਼ ਵਾਲੀ ਟੁੱਥਪੇਸਟ ਵੀ ਬਣਾ ਤੀ, ਤੁਸੀਂ ਸਾਰੇ ਘਰਾਂ 'ਚ ਕਿੰਨੇ ਘਰਾਂ 'ਚ ਉਹ ਪਈ ਹੋਈ ਹੈ। ਸੋ ਇਹਨੂੰ ਕਹਿੰਦੇ ਨੇ ਦਿਮਾਗੀ ਖੇਡ, ਅਤੇ ਰੱਜ ਕੇ ਇਹ ਖੇਡੀ ਜਾਂਦੀ ਆ ਇੰਡੀਆ 'ਚ। ਸੋ ਅੱਜ ਜਿਸ ਤਰੀਕੇ ਦੇ ਨਾਲ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੀ ਉਲੰਘਣਾ ਕਰਨ ਕਰਕੇ, ਸੁਪਰੀਮ ਕੋਰਟ ਦੇ ਵਿੱਚ ਦਿੱਤੇ ਹਲਫ਼ਨਾਮੇ ਦੀ ਉਲੰਘਣਾ ਕਰਨ ਕਰਕੇ ਇਹ ਬਾਲਕ੍ਰਿਸ਼ਨ ਹੋਰਾਂ ਨੇ ਮਾਫ਼ੀ ਮੰਗੀ ਆ, ਇਹ ਗੱਲ ਤਾਂ ਵੱਡੀ ਹੈ, ਪਰ ਸਵਾਲ ਉੱਥੇ ਹੀ ਆ ਜਾਂਦਾ ਵੀ ਜਿਨ੍ਹਾਂ ਨੂੰ ਪਹਿਲਾਂ ਵੇਚਤਾ ਉਹਨਾਂ ਦਾ ਕੀ ਬਣੂ, ਅਤੇ ਕੀ ਫਿਰ ਇਹਨਾਂ ਦੀਆਂ ਕੰਪਨੀਆਂ ਆਪਣੇ ਉਹ ਪ੍ਰੋਡਕਟ ਬੰਦ ਕਰਨਗੀਆਂ, ਆਪਣੀਆਂ ਉਹ ਚੀਜ਼ਾਂ ਬੰਦ ਕਰਨਗੀਆਂ ਜਿਨ੍ਹਾਂ ਦੇ ਜਿੱਡੇ ਦਾਅਵੇ ਇਹ ਕਹਿੰਦੇ ਨੇ ਓਡੇ ਹੈ ਨਹੀਂ ਗੇ। ਬੜਾ ਕੁਛ ਇਹਨਾਂ ਵੇਚਿਆ, ਮੈਨੂੰ ਲੱਗਦਾ ਕੋਈ ਐਸੀ ਚੀਜ਼ ਹੀ ਨਹੀਂ ਹੋਣੀ ਜਿਹੜੀ ਪਤੰਜਲੀ ਬਣਾ ਨਹੀਂ ਰਿਹਾ, ਕੋਈ ਵਿਰਲੀਆਂ ਹੋਣਗੀਆਂ ਅਤੇ ਬਾਕੀ ਸਾਰੀਆਂ ਹੀ ਇਹ ਬਣਾਉਣ ਲੱਗ ਗਏ। ਬਹੁਤ ਵੱਡੀ ਇੰਡਸਟਰੀ ਇਹਨਾਂ ਨੇ ਲਾ ਲਈ, ਹਜ਼ਾਰਾਂ ਕਰੋੜ ਦੀ ਸਲਾਨਾ ਟਰਨਓਵਰ ਆ ਇਹਨਾਂ ਦੀ, ਇੰਨਾ ਵੱਡਾ ਸਾਮਰਾਜ ਪਤੰਜਲੀ ਨੇ ਖੜ੍ਹਾ ਕਰ ਲਿਆ। ਬਾਬਾ ਰਾਮਦੇਵ ਕਹਿੰਦੇ ਹੁੰਦੇ ਸੀ ਸਾਧਾਂ ਨੂੰ ਕੀ ਲੱਗੇ ਸਵਾਦਾਂ ਨਾਲ, ਜਿਵੇਂ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਹਮ ਤੋ ਫਕੀਰ ਆਦਮੀ ਹੈ,
ਝੋਲਾ ਲੈ ਕੇ ਚੱਲ ਪੜੇਂਗੇ। ਅਤੇ ਬਾਅਦ ਦੇ ਵਿੱਚ 10-10 ਲੱਖ ਦਾ ਇੱਕ ਸੂਟ ਉਹ ਫਕੀਰ ਸਾਹਿਬ ਦਾ ਵੀ ਲੋਕਾਂ ਨੇ ਦੇਖਿਆ। ਅਤੇ ਪਤੰਜਲੀ ਵਾਲੇ ਬਾਬਾ ਰਾਮਦੇਵ ਜੀ ਇਹ ਵੀ ਬਹੁਤ ਪ੍ਰਚਾਰ ਕਰਦੇ ਰਹੇ ਵੋਟਾਂ ਤੋਂ ਪਹਿਲਾਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ। ਲੋਕਾਂ ਨੂੰ ਇਹ ਕਿਹਾ ਜਾਂਦਾ ਸੀ ਬਾਬਾ ਰਾਮਦੇਵ ਸਾਹਿਬ ਵੱਲੋਂ ਵੀ ਵੇਖੋ ਜੀ ਜੇਕਰ ਇਹ ਆ ਗਈ ਨਾ BJP ਤਾਂ ਡੀਜ਼ਲ ਪੈਟਰੋਲ ਗੈਸ ਸਿਲੰਡਰ ਤੁਹਾਨੂੰ ਅੱਧੇ ਰੇਟਾਂ 'ਤੇ ਮਿਲੇਗਾ। ਮੈਂ ਵੇਖਿਆ ਕੁਝ ਲੋਕਾਂ ਦੇ ਇਕੱਠਾਂ 'ਚ ਰਾਮਦੇਵ ਪੁੱਛਿਆ ਕਰਦੇ ਸੀ। ਉਦੋਂ ਡੀਜ਼ਲ ਹੁੰਦਾ ਸੀ 60-62 ਰੁਪਈਏ। ਬਾਬਾ ਰਾਮਦੇਵ ਪੁੱਛ ਦਿੰਦੇ ਸੀ ਆਪਕੋ 60-62-62 ਰੁਪਏ ਵਾਲਾ ਡੀਜ਼ਲ ਚਾਹੀਏ ਜਾਂ 30 ਰੁਪਏ ਵਾਲਾ, ਤਾਂ ਲੋਕ ਕਹਿੰਦੇ ਸੀ 30 ਰੁਪਏ ਵਾਲਾ। ਅਤੇ ਲੋਕਾਂ ਨੂੰ ਐਂ ਲੱਗਾ ਵੀ ਵਾਕਿਆ ਵੀ ਇਹ ਤਾਂ ਆਉਂਦੇ ਹੀ ਅੱਧਾ ਕਰ ਦੇਣਗੇ, 30 ਰੁਪਈਏ ਕਰ ਦੇਣਗੇ। ਅਤੇ ਅੱਜ ਅਗਲਿਆਂ ਨੇ ਗੱਡ 'ਤੇ ਨਾ ਝੰਡੇ ਕਰਤੀਆਂ ਨਾ ਤਰੱਕੀਆਂ, ਜਿਹੜਾ ਉਦੋਂ 62-65 ਰੁਪਏ ਸੀ 2014 'ਚ, ਅਗਲਿਆਂ ਨੇ 100 ਪਾ ਤਾ, ਹੁਣ ਕਰਾਤੀਆਂ ਤਸੱਲੀਆਂ। ਸੋ ਇਹੀ ਅਸਲੀਅਤਾਂ ਨੇ। ਹੁਣ 2 ਅਪ੍ਰੈਲ ਨੂੰ ਰਾਮਦੇਵ ਹੋਰਾਂ ਦੀ ਦੁਬਾਰਾ ਪੇਸ਼ੀ ਆ ਮਾਣਯੋਗ ਹਾਈ ਕੋਰਟ ਦੇ ਵਿੱਚ, ਉੱਥੇ ਫਿਰ ਪਤਾ ਲੱਗੂਗਾ ਵੀ ਦੁਬਾਰਾ ਕੀ ਬਣਦਾ, ਕੀ ਨਿਕਲ ਕੇ ਸਾਹਮਣੇ ਆਉਂਦਾ। ਤਦ ਤੱਕ ਦੇ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ, ਬਹੁਤ ਮਿਹਰਬਾਨੀ, ਸ਼ੁਕਰੀਆ।